ਹਾਂਜੀ ਸਰ, ਐਸਐਚ ਸਾਹਿਬ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਇੱਕੀ ਅਕਤੂਬਰ ਹਰ ਸਾਲ ਜਿਹੜਾ ਕਿ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈਗਾ, ਐਜ਼ ਅ ਕਮੈਮੋਰੇਸ਼ਨ ਡੇ ਮਨਾਇਆ ਜਾਂਦਾ। ਪਿਛਲੇ 62 ਸਾਲ ਤੋਂ ਆਹ ਕਮੈਮੋਰੇਸ਼ਨ ਡੇ ਮਨਾਇਆ ਜਾ ਰਿਹਾ ਹੈਗਾ ਅਤੇ ਇਸ ਸਾਲ ਵੀ ਜਿਹੜੇ ਸਾਡੇ 35 ਪਰਿਵਾਰ ਹੈਗੇ ਆ ਜਿਹੜੇ ਕਿ ਖੰਨਾ ਪੁਲਿਸ ਜ਼ਿਲ੍ਹੇ ਦੇ ਵਿੱਚ ਰਹਿ ਰਹੇ ਹੈਗੇ ਆ, ਉਹਨਾਂ ਨੂੰ ਅੱਜ ਬੁਲਾ ਕੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਸਰ, ਜਿਹੜੇ ਇਹਨਾਂ ਨੂੰ ਕਿੰਨੇ ਪਰਿਵਾਰ ਸੀ, ਇਹਨਾਂ ਦੇ ਪਰਿਵਾਰਾਂ ਨੂੰ ਹੋਰ ਵੀ ਕੋਈ ਜਿਹੜੀ ਪੁਲਿਸ ਵੱਲੋਂ ਸਹਾਇਤਾ ਦਿੱਤੀ ਜਾਂਦੀ ਕੀ ਹੈਗਾ ਜੀ? ਦੇਖੋ, ਆਹ ਪਰਿਵਾਰਾਂ ਦੇ ਜਿੰਨੇ ਵੀ ਸ਼ਹੀਦ ਪਰਿਵਾਰ ਹੋਏ ਆ, ਜਿਹੜੀ ਵੀ ਬਣਦੀ ਸਹਾਇਤਾ ਹੈਗੀ ਆ ਉਹ ਸਰਕਾਰ ਵੱਲੋਂ ਦਿੱਤੀ ਗਈ ਹੈਗੀ ਆ, ਜਿਹਨਾਂ ਨੂੰ ਨੌਕਰੀਆਂ ਬਣਦੀ ਸੀ ਨੌਕਰੀਆਂ ਦਿੱਤੀਆਂ ਗਈਆਂ, ਜੇ ਇਹਨਾਂ ਦੀ ਅੱਜ ਸਭ ਦੀ ਗੱਲਬਾਤ ਸੁਣੀ ਗਈ ਆ, ਜਿਹਨਾਂ ਦੇ ਕੋਈ ਮੇਰੇ ਤੌਰ 'ਤੇ ਜਿਹੜੇ ਕੋਈ ਇਹਨਾਂ ਦੀ ਸਮੱਸਿਆ ਹੈਗੀ ਜਿਹੜੀ ਅਸੀਂ ਮੈਂ ਪੂਰੀ ਕਰ ਸਕਦਾ ਉਹ ਮੈਂ ਜ਼ਰੂਰ ਕਰੂੰਗਾ, ਪੂਰੀ ਕਰੂੰਗਾ। ਅਤੇ ਜਿਹੜੀ ਕਿ ਇਹਨਾਂ ਦੀ ਕੋਈ ਨੌਕਰੀ ਦੀ ਜਾਂ ਕੋਈ ਦੂਜੀ ਨੌਕਰੀ ਦੀ ਜਿਹੜੀ ਆਹ ਮੰਗ ਰੱਖ ਰਹੇ ਹਾਂ, ਉਹ ਅਸੀਂ ਉੱਤੇ ਡੀ ਜੀ ਪੀ ਆਫਿਸ ਨੂੰ ਭੇਜਾਂਗੇ, ਉਹਦੇ ਬਾਅਦ ਉਹਦੇ 'ਤੇ ਉਹ ਫੈਸਲਾ ਲਾਂਗੇ। ਦੇਖੋ, ਆਹ ਤਾਂ ਸਭ ਨੂੰ ਮੈਂ ਆਹੀ ਕਹੂੰਗਾ ਕਿ ਆਹ ਸ਼ਹੀਦਾਂ ਤੋਂ ਅਸੀਂ ਸਾਨੂੰ ਸਬਕ ਲੈਣਾ ਚਾਹੀਦਾ ਕਿ ਇਹਨਾਂ ਨੇ ਆਪਣੀ ਜਿਹੜੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਡਿਊਟੀ ਦੇ ਉੱਤੇ ਨਿਭਾਉਂਦੇ ਹੋਏ ਆਪਣੀ ਜਾਨ ਕੁਰਬਾਨ ਕੀਤੀ, ਅਤੇ ਇੱਦਾਂ ਹੀ ਅਸੀਂ ਇਹਨਾਂ ਨੂੰ ਯਾਦ ਕਰਦੇ ਹੋਏ ਇਹਨਾਂ ਨੂੰ ਸ਼ਰਧਾਂਜਲੀ ਦੇਈਏ ਕਿ ਅਸੀਂ ਅਮਨ ਕਾਨੂੰਨ ਨੂੰ ਕਾਇਮ ਰੱਖੀਏ ਜਿਹਨਾਂ ਪਿੱਛੇ ਇਹਨਾਂ ਨੇ ਜਾਨ ਗਵਾਈ ਹੈਗੀ ਆ, ਅਤੇ ਆਹੀ ਸਾਡੀ ਸਭ ਤੋਂ ਵੱਡੀ ਸ਼ਰਧਾਂਜਲੀ ਹੋਏਗੀ। ਠੀਕ ਹੈ ਸਰ। ਡਿਊਟੀ ਕਰਦੇ ਸੀਗੇ, ਉੱਥੋਂ ਉਹਨਾਂ ਦੀ ਡਿਊਟੀ ਲੱਗੀ ਸੀ, ਮਾਨਪੁਰ ਖੰਡ ਜਾ ਰਹੇ ਸੀਗੇ, ਉਧਰੋਂ ਆ ਰਹੇ ਸੀਗੇ ਵਾਪਸ, ਤੇ ਰਾਤ ਨੂੰ ਹੋ ਗਿਆ ਸੀ ਉਹਨਾਂ ਦਾ ਮੁਕਾਬਲਾ। ਜਿਹੜਾ ਅੱਜ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਪੁਲਿਸ ਵੱਲੋਂ ਤੇ ਉਹਨਾਂ ਦਾ ਮਾਨ ਸਨਮਾਨ ਵੀ ਕੀਤਾ, ਉਹਦੇ ਬਾਰੇ ਤੁਸੀਂ ਕੀ ਦੇਖੋ? ਇਹ ਵੀਰੇ ਬਹੁਤ ਵਧੀਆ ਲੱਗਿਆ, ਵਧੀਆ ਮਾਨ ਸਨਮਾਨ ਐਸ ਐਸ ਪੀ ਸਾਹਿਬ ਵੱਲੋਂ ਹੋ ਰਿਹਾ, ਬਹੁਤ ਵਧੀਆ ਲੱਗਿਆ। ਅਤੇ ਸਰਕਾਰ ਵੱਲੋਂ ਇਹਨਾਂ ਸੁਵਿਧਾਵਾਂ ਮਿਲ ਰਹੀਆਂ ਨੇ, ਸੈਟਿਸਫਾਈਡ ਹੋ ਜਾਂ ਕੀ ਹੋਰ ਮੰਗ ਕਰਦੇ? ਨਹੀਂ, ਠੀਕ ਆ, ਵਧੀਆ ਜੋ ਮੰਗਿਆ ਠੀਕ ਆ। ਓਕੇ, ਸ਼ਹੀਦ ਪਰਿਵਾਰਾਂ ਦੇ ਜਿਹੜੇ ਬਾਅਦ 'ਚ ਹੈਗੇ ਨੇ ਵੈਲਫੇਅਰ ਵਾਸਤੇ, ਕੁਝ ਹੋਰ ਕੋਈ ਤੁਹਾਡੇ ਪਲਾਨ ਹੋਵੇ ਸਰਕਾਰ ਤੋਂ ਮੰਗ ਹੋਵੇ ਦੱਸਣਾ ਚਾਹੁੰਦੇ? ਇਹ ਆ ਵੀਰੇ, ਜਾਣੀ ਵੀ ਜੇ ਬਾਅਦ ਵਿੱਚ ਸ਼ਹੀਦ ਪਰਿਵਾਰ ਨੂੰ ਕੋਈ ਆਉਂਦੀ ਹੈ ਦਿੱਕਤ, ਕੋਈ ਤਕਲੀਫ, ਉਹਦੇ ਬਾਰੇ ਜ਼ਰੂਰ ਕੋਈ ਵਧੀਆ ਸੁਣਵਾਈ ਹੋਵੇ। ਕਿਸ ਤਰ੍ਹਾਂ ਦੀ? ਇਸ ਤਰ੍ਹਾਂ ਮਤਲਬ ਜਿਹੜਾ ਵੀ ਕੋਈ ਜਾਂਦਾ ਆਪਣੇ ਥਾਣੇ ਚੌਂਕ ਕੋਈ ਆਪਣੀ ਡੀਲਿੰਗ, ਉਹਦੇ ਲਈ ਥੋੜ੍ਹੀ ਜਿਹੀ ਅਲੱਗ ਤੋਂ ਵਧੀਆ ਹੋ ਜਾਵੇ, ਜਿਹੜਾ ਕੋਈ ਸ਼ਹੀਦ ਪਰਿਵਾਰ ਦਾ ਕੋਈ ਵੀ ਮੈਂਬਰ ਜਾਂਦਾ। ਜੀ, ਕੋਈ ਸਾਨੂੰ ਮੰਗ ਨਹੀਂ ਹੈਗੀ, ਅਸੀਂ ਜਿਸ ਵੇਲੇ ਵੀ ਆਉਂਦੇ ਹਾਂ ਸਾਡੀ ਪਹਿਲ ਦੇ ਆਧਾਰ 'ਤੇ ਜੋ ਵੀ ਅਸੀਂ ਪੁੱਛਦੇ ਹਾਂ, ਪਹਿਲ ਦੇ ਆਧਾਰ 'ਤੇ ਸਾਡਾ ਜੋ ਕੁਛ ਕਰਦੇ ਆ ਪਹਿਲ ਦੇ ਆਧਾਰ 'ਤੇ ਸਾਨੂੰ ਕੰਮ ਦਿੰਦੇ ਹਾਂ। ਜਿਵੇਂ ਅੱਜ ਦੇਸ਼ ਭਰ 'ਚ ਦਿਹਾੜਾ ਮਨਾਇਆ ਜਾਂਦਾ ਅਤੇ ਸ਼ਹੀਦ ਪਰਿਵਾਰ ਨੂੰ ਸਨਮਾਨਿਤ ਕੀਤਾ ਜਾਂਦਾ, ਕਿਸ ਤਰ੍ਹਾਂ ਦੇਖਦੇ ਹੋ ਇਸ ਦਿਨ? ਇਹਦਾ ਫਿਕਰ ਸ਼ਹੀਦਾਂ ਨੇ ਸ਼ਹਾਦਤ ਦਿੱਤੀ ਤਾਂ ਹੀ, ਹਾਂਜੀ, ਤਾਂ ਉਹਨਾਂ ਨੂੰ ਕੀ ਦੇਖਦੇ ਹੋ ਤੁਸੀਂ? ਬਸ ਦੇਖ ਕੇ ਅਸੀਂ ਕਹਿ ਨਹੀਂ ਸਕਦੇ ਕੁਛ ਉਹਨਾਂ ਦੇ, ਕਿਉਂ ਜਵਾਨੀ ਵੇਲੇ ਚਲੇ ਗਏ ਆ ਘਰ ਦੇ, ਅਤੇ ਜਵਾਨੀ ਵੇਲੇ ਵਿਧਵਾ 'ਤੇ ਆ ਗਏ ਆ, ਇਹੀ ਸਾਡੇ ਲਈ ਹੈ। ਸਤਿਕਾਰ ਕਰਦੇ ਆ ਜਿਹੜੇ ਕਿ ਸਾਡੇ ਸ਼ਹੀਦਾਂ ਨੂੰ ਯਾਦ ਕਰਦੇ ਨੇ, ਸਾਨੂੰ ਵੀ ਇੱਥੇ ਲਿਆਉਂਦੇ ਨੇ। ਠੀਕ ਹੈ, ਸਾਨੂੰ ਤਾਂ ਨਹੀਂ ਭੁੱਲਦੇ, ਹਾਂਜੀ, ਸਾਡੀ ਮਤਲਬ ਠੀਕ ਹੈ, ਸਾਡੇ ਨੈਚੁਰਲ ਵਾਲੇ ਸਾਹਿਬ ਦੇ ਐਸਐਚਓ ਸਾਹਿਬ ਸਾਨੂੰ ਖੁਦ ਮਿਲਦੇ ਨੇ। ਅਤੇ ਹੋਰ ਦਫ਼ਤਰਾਂ 'ਚ ਕੋਈ ਦਿੱਕਤ ਤਾਂ ਨਹੀਂ ਆਉਂਦੀ? ਨਹੀਂ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਥੋੜ੍ਹਾ ਜਿਹਾ ਜ਼ਿੰਦਗੀ ਦੇ ਘਰੇਲੂ ਸੁਝਾਵ ਹੁੰਦੇ ਹੀ ਨੇ, ਤੁਹਾਨੂੰ ਪਤਾ ਹੀ ਆ, ਉਹ ਤਰੀਕੇਬਾਜ਼ੀ ਦਾ ਨਾਮ, ਰਿਸ਼ਤੇਦਾਰੀ ਦਾ ਨਾਮ, ਬਾਕੀ ਸਾਰਾ ਕੁਛ ਠੀਕ ਹੈ, ਬੱਚੇ ਸੈੱਟ ਨੇ, ਕਿੰਨੀ ਸਰਵਿਸ ਕਰਦੇ ਨੇ, ਬਹੁਤੀਆਂ ਦੋ ਸਰਵਿਸ ਕਰਦੀਆਂ, ਮੈਂ ਖੁਦ ਰਿਟਾਇਰਡ ਟੀਚਰ। ਠੀਕ ਹੈ, ਥੈਂਕ ਯੂ।